ਜੀ ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ। ਅਸਲਾਮ ਅਲੈਕੁਮ ਰਹਿਮਤੁਲ੍ਲਾਹਿ ਵਬਰਕਾਤੁਹ। ਉਮੀਦ ਕਰਨਾ ਭੈਣ ਭਰਾ ਸਾਰੇ ਠੀਕ ਠਾਕ ਹੋ ਸੋ, ਅੱਲਾਹ ਪਾਕ ਸਾਰੇ ਖੁਸ਼ ਰੱਖਣ, ਸ਼ਾਦ ਰਹੋ, ਆਬਾਦ ਰਹੋ। ਬਿਲਕੁਲ ਜਨਾਬ, ਅੱਜ ਅਸੀਂ ਆ ਗਏ ਜਨਾਬ ਅੰਬਾਲਾ ਜਿਹੜੇ ਕਿ ਗ੍ਰੇਟ ਹੋਟਲ ਰੋਡ ਹੈ, ਪਰ ਜਨਾਬ ਨਵੀਂ ਸ਼ਾਪ ਖੁੱਲ੍ਹੀ ਹੈ ਜਨਾਬ ਅਗਸਤ 'ਚ। ਹਾਂਜੀ, ਮਾਸ਼ਾਅੱਲਾ ਜੀ, ਸ਼ਾਪ ਦੇ ਅੰਦਰ ਜਾਓ ਤਾਂ ਖੁਸ਼ਬੂ ਇਸ ਤਰ੍ਹਾਂ ਨਹੀਂ ਹੈ ਕਿ ਮਿਠਾਈ ਨਾ ਵੀ ਖਾਣੀ ਹੋਵੇ ਤਾਂ ਵੀ ਬੰਦਾ ਆਉਣਾ, ਚਲੋ ਯਾਰ ਕੋਈ ਥੋੜ੍ਹੀ ਜਿਹੀ ਮਿਠਾਈ ਖਾ ਹੀ ਦਈਏ, ਕੋਈ ਦੋ ਦਾਣੇ। ਹਾਂਜੀ, ਤਾਂ ਬਿਲਕੁਲ ਜਨਾਬ ਇਹਨਾਂ ਦੀ ਰਸ ਮਲਾਈ ਜਿਹੜੀ ਹੈ, ਸਾਡੇ ਬਹੁਤ ਹੀ ਮੋਹਤਰਮ ਸਾਡੇ ਭਾਈ ਜਨਾਬ ਭਾਈ ਕਮਰਾਨ ਕੁਨੈਕਸ਼ਨ ਮੋਬਾਈਲ ਫੋਨ ਸ਼ਾਪ ਜਨਾਬ ਹੈ, ਉਹਨਾਂ ਦਾ ਕਹਿਣਾ ਜੀ ਕਿ ਇਹਨਾਂ ਦੀ ਮਿਠਾਈ ਜਿਹੜੀ ਹੈ, ਆਪਣਾ ਰਸ ਮਲਾਈ ਸੋਰੀ, ਬਹੁਤ ਹੀ ਅੱਛੀ ਹੈ। ਤੁਸੀਂ ਅਗਰ ਬ੍ਰੈਡ ਫੂਡ ਗਏ ਤਾਂ ਇਹਨਾਂ ਦੀ ਰਸ ਮਲਾਈ ਜ਼ਰੂਰ ਟਰਾਈ ਕਰਿਆ। ਭਾਈ ਕਮਰਾਨ ਜੀ, ਥੈਂਕ ਯੂ ਵੈਰੀ ਮੱਚ ਕੁਨੈਕਸ਼ਨ ਵਾਲਿਓ ਤੁਸਾਂ ਨਾ, ਕਿ ਤੁਸਾਂ ਜਨਾਬ ਅਸਾਂ ਕਿ ਦੱਸਿਆ ਸੀ ਕਿ ਜਦੋਂ ਵੀ ਬ੍ਰੈਡ ਫੂਡ ਜਾਓ ਜਨਾਬ ਇਹਨਾਂ ਦੀ ਰਸ ਮਲਾਈ ਜ਼ਰੂਰ ਟਰਾਈ ਕਰਿਆ। ਬਿਲਕੁਲ ਜੀ, ਅੱਜ ਅਸੀਂ ਆ ਗਏ ਹਾਂ, ਭੈਣਾਂ ਭਾਈਆਂ ਕਿ ਵੀਡੀਓ ਬਣਾ ਕੇ ਦੱਸਾਂ ਇਹਨਾਂ ਦੀ ਜ਼ਰੂਰ ਕਿ ਜਨਾਬ ਇਹਨਾਂ ਦੀ ਮਿਠਾਈ ਕਿਸ ਤਰ੍ਹਾਂ। ਕੈਮਰਾਮੈਨ ਜੀ ਸਲੋ ਸਲੋ ਇੱਧਰ ਆ ਜਾਓ, ਇੱਧਰ ਵੀ ਦੱਸੋ ਨਾਲ ਲੈ ਲਾ ਜੀ। ਬਿਲਕੁਲ ਜਨਾਬ, ਅਸਾਂ ਸਾਰੇ ਭੈਣਾਂ ਭਰਾਵਾਂ ਕਿ ਦੱਸਾਂ ਇਹਨਾਂ ਦੀ ਮਿਠਾਈ ਕਿਸ ਤਰ੍ਹਾਂ ਔਰ ਇਹਨਾਂ ਦੀ ਰਸ ਮਲਾਈ ਕਿਸ ਤਰ੍ਹਾਂ ਜਨਾਬ। ਠੀਕ ਹੈ ਜੀ, ਭਾਈ ਕਮਰਾਨ ਜੀ, ਤੁਸਾਂ ਨਾਲ ਫਿਰ ਇੱਕ ਵਾਰੀ ਸ਼ੁਕਰੀਆ ਜਨਾਬ ਦੱਸ ਰਹੇ ਸਾਂ ਕਿ ਤੁਸੀਂ ਜਨਾਬ ਅੰਬਾਲਾ ਵਿੱਚ ਜਾਓ, ਅੰਬਾਲਾ ਲਈ ਜਿਹੜੀ ਹੈ ਰਸ ਮਲਾਈ ਸਾਰੇ ਕਿ ਦੱਸੋ। ਮਾਸ਼ਾਅੱਲਾ, ਸ਼ਾਪ ਵੀ ਵੈਰੀ ਨਾਈਸ ਬਣਾਈ ਨੇ ਅੰਦਰੋਂ। ਹੁਣ ਅਸਾਂ ਇਨਸ਼ਾਅੱਲਾ ਅੰਦਰ ਜੁਲਸਾਂ ਸ਼ਾਪਾਂ ਵਿੱਚ, ਇਨਸ਼ਾਅੱਲਾ ਅੰਦਰੋਂ ਤੁਸੀਂ ਕਿ ਸ਼ਾਪ ਵੀ ਦੱਸਾਂ, ਕੋਈ ਸ਼ਾਪ ਦੂਰ ਕੋਈ ਨਹੀਂ, ਬਿਲਕੁਲ ਜਨਾਬ ਗ੍ਰੇਟ ਆਟਰ ਰੋਡ ਹੈ, ਪਰ ਇਹ ਬ੍ਰੈਡ ਫੋਰਟ ਹਡਰਸਫੀਲਡ ਨੇੜੇ ਨੇੜੇ ਹੈ। ਸਾਡੇ ਜਿਤਨੇ ਵੀ ਭਾਈ ਭੈਣਾਂ ਬ੍ਰੈਡ ਫੋਰਟ ਤੋਂ ਇੱਥੇ ਆਪਣਾ ਹਡਰਸਫੀਲਡ ਤੋਂ ਬ੍ਰੈਡ ਫੋਰਟ ਆਓ ਜਨਾਬ, ਜ਼ਰੂਰ ਅੰਬਾਲਾ ਦੇ ਕੋਲੋਂ ਮਿਠਾਈ ਔਰ ਰਸ ਮਲਾਈ ਜ਼ਰੂਰ ਟਰਾਈ ਕਰੇ। ਅਸੀਂ ਹੁਣ ਅੰਦਰ ਜੁਲਨੇ ਹਾਂ ਇਨਸ਼ਾਅੱਲਾ, ਅੰਦਰ ਤੁਸੀਂ ਕਿ ਸ਼ਾਪ ਵੀ ਅੰਦਰ ਜੁਲ ਕੇ ਦੱਸਣੇ ਹਾਂ ਔਰ ਇਨਸ਼ਾਅੱਲਾ ਉਹਨਾਂ ਦੀ ਰਸ ਮਲਾਈ ਵੀ ਦੱਸਾਂ। ਬਿਲਕੁਲ ਜਨਾਬ, ਅਸੀਂ ਸ਼ਾਪ ਦੇ ਅੰਦਰ ਜੁਲੇ ਹਾਂ ਇਨਸ਼ਾਅੱਲਾ, ਸ਼ਾਪ ਦੇ ਅੰਦਰ ਜੁਲ ਕੇ ਅਸੀਂ ਤੁਸੀਂ ਕਿ ਜਨਾਬ ਦੱਸਣੇ ਹਾਂ। ਮਾਸ਼ਾਅੱਲਾ, ਸਭ ਤੋਂ ਪਹਿਲਾਂ ਤੁਸੀਂ ਤੱਕੋ ਕਿ ਮਾਸ਼ਾਅੱਲਾ ਸ਼ਾਪ ਕਿਤਨੀ ਨਾਈਸ ਐਂਡ ਕਲੀਨ ਬਣਾਈ ਗਈ ਹੈ ਜੀ। ਸ਼ਾਪ ਦੀ ਡਿਜ਼ਾਇਨਿੰਗ ਜਿਹੜੀ ਆ ਉਹ ਬਹੁਤ ਹੀ ਅੱਛੀ ਕੀਤੀ ਗਈ ਹੈ ਮਾਸ਼ਾਅੱਲਾ। ਕੈਮਰਾਮੈਨ ਜੀ ਸਾਹਮਣੇ ਤਸਵੀਰਾਂ ਵੀ ਸਾਰੀਆਂ ਦੱਸੋ, ਮਿਠਾਈ ਨਹੀਂ ਆ, ਜਲੇਬੀ ਨਹੀਂ ਆ, ਮਾਸ਼ਾਅੱਲਾ ਜਨਾਬ ਤਸਵੀਰ ਹੀ ਤੱਕ ਹੈ, ਮਿਠਾਈ ਜਲੇਬੀ ਖਾਣ ਦਾ ਦਿਲ ਕਰਨਾ ਇਨਸ਼ਾਅੱਲਾ। ਬਾਕੀ ਸਰ ਤੁਸੀਂ ਕਿ ਇਨਸ਼ਾਅੱਲਾ ਮਿਠਾਈਆਂ ਵੀ ਜਾਣੀਆਂ ਦੱਸਾਂ ਜ਼ਰੂਰ। ਕੈਮਰਾ ਮਾਰ ਕੇ ਦੱਸੋ ਇੱਧਰ ਕੈਮਰਾਮੈਨ ਜੀ ਜ਼ਰਾ, ਠੀਕ ਹੈ। ਬਿਲਕੁਲ ਜਨਾਬ, ਇੱਥੋਂ ਅਸੀਂ ਸ਼ੁਰੂ ਕਰਨੇ ਹਾਂ ਇਨਸ਼ਾਅੱਲਾ, ਸਾਰੀ ਸ਼ਾਪ ਤੁਸੀਂ ਕਿ ਦੱਸਣੇ ਆ। ਕੈਮਰਾਮੈਨ ਜੀ ਅਪਰੂ ਦੱਸੋ, ਮਾਸ਼ਾਅੱਲਾ ਸ਼ਾਪ ਵੈਰੀ ਨਾਈਸ ਬਣਾਈ ਗਈ ਹੈ, ਮਾਸ਼ਾਅੱਲਾ ਜਿਹੜੀ ਨੇ ਸੀਲਿੰਗ ਕੀਤੀ ਹੈ, ਪਰ ਇਹ ਵੀ ਵੈਰੀ ਨਾਈਸ ਹੈ ਜਨਾਬ, ਡਿਜ਼ਾਇਨਿੰਗ ਬਹੁਤ ਅੱਛੀ ਹੋਈ ਹੈ। ਉਸ ਤੋਂ ਬਾਅਦ ਜਨਾਬ ਅਸੀਂ ਇੱਧਰ ਆ ਜਾਣੇ ਹਾਂ, ਇੱਥੋਂ ਸ਼ੁਰੂ ਕਰਨੇ ਹਾਂ ਇਨਸ਼ਾਅੱਲਾ, ਜਿੱਥੇ ਕਿ ਇਹਨਾਂ ਕੋਲ ਜਨਾਬ ਹੈ ਸਾਰਾ, ਇੱਥੇ ਸਲੂਣੀਆਂ ਵਗੈਰਾ ਹੈ ਜੀ, ਸਾਹਮਣੇ ਨਜ਼ਰ ਆ ਰਹੀਆਂ। ਅਗਰ ਤੁਸੀਂ ਮਿਠਾਈ ਦੀ ਟੁਕਰੀ ਚਾਹੁੰਦੇ ਹੋ ਜਨਾਬ, ਤੁਸੀਂ ਟੁਕਰੀ ਵੀ ਮਾਸ਼ਾਅੱਲਾ ਬਹੁਤ ਹੀ ਅੱਛੀ ਬਣਾ ਕੇ ਦੇ ਸਨ। ਔਰ ਉਸ ਤੋਂ ਬਾਅਦ ਅੱਜ ਕੱਲ੍ਹ ਜਿਹੜਾ ਨਾ ਕਾਫੀ ਪਸੰਦ ਕੀਤੇ ਜਾਣੇ ਨੇ ਫੈਣੀਆਂ, ਠੀਕ ਹੈ ਜੀ। ਇਹਨਾਂ ਕਿ ਫੈਣੀਆਂ ਆਣੇ ਜਨਾਬ ਸੈਣੀਆਂ, ਇਹ ਦੁੱਧਾ ਵੀ ਜਨਾਬ ਬਣਨੀਆਂ ਨੇ ਜੀ, ਇਸੇ ਤਰ੍ਹਾਂ ਹੀ ਹੈ ਨਾ, ਇਹ ਦੁੱਧਾ 'ਚ ਬਣਨੀਆਂ ਜਨਾਬ ਮਾਸ਼ਾਅੱਲਾ। ਅਗਰ ਤੁਸੀਂ ਇੱਥੇ ਆਓ, ਇਹਨਾਂ ਕੋਲੋਂ ਜ਼ਰੂਰ ਇਹ ਲੈ ਕੇ ਜਾਓ, ਬਣਾ ਕੇ ਜਨਾਬ ਬੱਚਿਆਂ ਕੀ ਟਰਾਈ ਕਰੋ, ਬਜ਼ੁਰਗਾਂ ਕੀ ਦਿਓ ਜਨਾਬ, ਬਹੁਤ ਹੀ ਅੱਛੀ ਚੀਜ਼ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਜਨਾਬ ਇੱਧਰ ਆ ਜਾਓ, ਪ੍ਰਾਈਸਾਂ ਵਗੈਰਾ ਵੀ ਇੱਧਰ ਸਾਰੀਆਂ ਲਿਖੀਆਂ, ਪ੍ਰਾਈਸਾਂ ਨਾ ਕਮਰਾਮੈਨ ਜੀ ਇਹ ਦੱਸੋ ਸਾਰਾ ਇੱਧਰ ਵੀ। ਉਸ ਤੋਂ ਬਾਅਦ ਅੱਗੇ ਇਹ ਵੀ ਇੱਧਰ ਵੀ ਦੱਸੋ, ਠੀਕ ਹੈ। ਬਿਲਕੁਲ ਜਨਾਬ ਮਾਸ਼ਾਅੱਲਾ, ਅਗਰ ਤੁਸੀਂ ਕਿਸੇ ਕੀ ਦੇਣਾ ਚਾਹੁੰਦੇ ਹੋ ਮਿਠਾਈ ਜਨਾਬ, ਔਰ ਬੈਗ ਵੀ ਇਹਨਾਂ ਕੋਲ ਮਾਸ਼ਾਅੱਲਾ ਬਹੁਤ ਹੀ ਅੱਛੇ ਨੇ, ਗਿਫਟ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੀ ਬੈਗ ਵੀ ਜਨਾਬ ਬੈਗ ਵਿੱਚ ਪੈਕ ਕਰਕੇ ਦੇ ਸਨ ਗਿਫਟ ਵਾਸਤੇ, ਠੀਕ ਹੈ ਜੀ। ਉਸ ਤੋਂ ਅੱਗੇ ਇੱਧਰ ਆ ਜਾਓ, ਕੇਕ ਰਸਕਨ ਮਾਸ਼ਾਅੱਲਾ ਇਹਨਾਂ ਕੋਲ ਜਨਾਬ, ਬੇਕਰੀ ਦਾ ਸਮਾਨ ਵੀ ਸਾਰਾ ਤੁਸੀਂ ਕਿ ਇਹਨਾਂ ਕੋਲੋਂ ਮਿਲ ਸੀ, ਬਾਕਰਹਾਨੀਆਂ ਮਿਲ ਸਨ ਜਨਾਬ, ਠੀਕ ਹੈ ਜੀ। ਆਸਤਾ ਆਸਤਾ ਅੱਗੇ ਆ ਜਾਓ ਕੈਮਰਾਮੈਨ ਜੀ, ਇੱਧਰ ਇੱਧਰ ਆ ਜਾਓ ਜਨਾਬ, ਇੱਧਰ ਤੁਸੀਂ ਕੀ ਬਕਲਾਵਾ ਵਗੈਰਾ ਵੀ ਇਹਨਾਂ ਕੋਲੋਂ ਮਿਲ ਸੀ ਮਾਸ਼ਾਅੱਲਾ, ਵੈਰੀ ਨਾਈਸ ਐਂਡ ਫਰੈਸ਼, ਠੀਕ ਹੈ ਜੀ। ਹਾਂ ਰੱਖੋ, ਆ ਜਾਓ ਅੱਗੇ ਅੱਗੇ। ਉਸ ਤੋਂ ਬਾਅਦ ਕੈਮਰਾਮੈਨ ਜੀ ਇੱਥੋਂ ਸ਼ੁਰੂ ਕਰੋ, ਇੱਕ ਇੱਕ ਚੀਜ਼ ਦੱਸੋ ਜ਼ਰਾ ਮਾਸ਼ਾਅੱਲਾ ਕਿਤਨੀ ਪਿਆਰੀ ਲੱਗ ਰਹੀ ਹੈ ਜੀ। ਬਿਲਕੁਲ ਜਨਾਬ, ਕਾਫੀ ਡਿਫਰੈਂਟ ਡਿਫਰੈਂਟ ਫਲੇਵਰਾਂ ਵਿੱਚ
ਤੱਕ ਹੈ ਜਨਾਬ, ਬਰਫੀ ਮਿਠਾਈ ਵਗੈਰਾ ਖਾਣੇ ਦਾ ਫਿਰ ਦਿਲ ਵੀ ਕਰਨਾ ਇਨਸ਼ਾਅੱਲਾ, ਜ਼ਰੂਰ ਜਨਾਬ ਟਰਾਈ ਵੀ ਕਰ ਸਕਾਂ, ਕਿਉਂ ਨਹੀਂ ਨਾ ਮਿਠਾਈ ਜ਼ਰੂਰ ਟਰਾਈ ਕਰ ਸਕਾਂ। ਉਸ ਤੋਂ ਬਾਅਦ ਇੱਧਰ ਆ ਜਾਓ ਮਾਸ਼ਾਅੱਲਾ, ਛੋਟੇ ਜਿਹੇ ਪੈਕਟ ਵਿੱਚ ਜਨਾਬ ਇੱਧਰ ਇਹ ਵੀ ਸੋਨ ਹਲਵਾ, ਕਿਆ ਬਾਤ ਹੈ ਜੀ, ਸੋਨ ਹਲਵੇ ਨਹੀਂ ਕੈਮਰਾਮੈਨ ਜੀ, ਇਹ ਵੀ ਦੱਸੋ ਜ਼ਰਾ, ਠੀਕ ਹੈ ਜੀ। ਇੱਧਰ ਰਸਗੁੱਲੇ, ਗੁਲਾਬ ਜਾਮਨ, ਇਹ ਵੀ ਸਾਰੇ ਦੱਸਣੇ ਆਓ ਜ਼ਰਾ ਅੱਗੇ ਅੱਗੇ। ਮਾਸ਼ਾਅੱਲਾ ਜ਼ਬਰਦਸਤ, ਬਿਲਕੁਲ ਜੀ, ਇਹ ਵੀ ਦੱਸੋ। ਉਸ ਤੋਂ ਬਾਅਦ ਟੋਪ ਸ਼ੈਲਫ, ਇਹ ਵੀ ਦੱਸੋ ਜਨਾਬ ਸਾਰੀ, ਮਾਸ਼ਾਅੱਲਾ ਵੈਰੀ ਨਾਈਸ ਐਂਡ ਫਰੈਸ਼ ਮਿਠਾਈਆਂ ਨੇ ਜਨਾਬ, ਸਾਰੀਆਂ ਫਰੈਸ਼ ਹੋਣੀਆਂ ਇਹ। ਹੁਣ ਜਨਾਬ ਅਸੀਂ ਟਰਾਈ ਵੀ ਕਰਕੇ ਸੋ ਕਿ ਜ਼ਰੂਰ ਦੱਸਾਂ। ਉਸ ਤੋਂ ਬਾਅਦ ਕੈਮਰਾਮੈਨ ਜੀ ਇੱਧਰ ਆ ਜਾਓ ਅੱਗੇ ਜ਼ਰਾ, ਤੁਸੀਂ ਪੜ੍ਹ ਕੇ ਵੀ ਨਾਲ ਦੱਸੋ ਨਾ, ਮੈਂਗੋ ਪਿੱਤਲ, ਠੀਕ ਹੈ ਜੀ, ਮਾਸ਼ਾਅੱਲਾ ਵੈਰੀ ਨਾਈਸ। ਇਹ ਵੀ ਜਨਾਬ ਅਕਸਰ ਕੈਮਰਾਮੈਨ ਨਾਲ ਨਾਲ ਤਰਜਮਾ ਕਰਨੇ ਹੋਣੇ, ਪਰ ਚਲੋ ਅੱਜ ਮੈਂ ਹੀ ਬੋਲਣਾ ਪੈਸੀ ਇਹ ਨਹੀਂ ਬੋਲ ਰਿਹਾ, ਪਤਾ ਨਹੀਂ ਕਿਆ ਗੱਲ, ਕੋਈ ਸਿਹਤ ਨਹੀਂ ਠੀਕ, ਇਸੇ ਤਰ੍ਹਾਂ ਹੀ ਹੈ, ਕੋਈ ਗੱਲ ਨਹੀਂ ਜੀ, ਮੈਂ ਦੱਸਾਂ ਇਨਸ਼ਾਅੱਲਾ ਜ਼ਰੂਰ। ਅੱਗੇ ਇੱਧਰ ਆ ਜਾਓ, ਇੱਧਰ ਜਨਾਬ ਤੁਸੀਂ ਗੋਲ ਗੱਪੇ ਵਗੈਰਾ ਵੀ ਮਿਲ ਸਨ। ਉਸ ਤੋਂ ਬਾਅਦ ਜਨਾਬ ਇਹਨਾਂ ਗੋਲ ਗੱਪਿਆਂ ਵਿੱਚ ਬਣਨ ਵਾਸਤੇ ਜਨਾਬ ਤੁਸੀਂ ਕਿ ਇੱਧਰ ਚਾਟ ਵੀ ਮਿਲ ਸੀ ਜਨਾਬ। ਉਸ ਤੋਂ ਬਾਅਦ ਇੱਧਰ ਆ ਜਾਓ, ਯੋਗਟ ਵਗੈਰਾ, ਸਮੋਸੇ ਮਾਸ਼ਾਅੱਲਾ ਨੇ ਬਹੁਤ ਅੱਛੇ ਜੀ, ਸਮੋਸੇ ਦੱਸੋ ਕੈਮਰਾਮੈਨ ਜੀ, ਕਲੋਜ਼ ਕਰਕੇ। ਉਸ ਤੋਂ ਬਾਅਦ ਜੀ ਇੱਧਰ ਆ ਜਾਓ ਕੈਮਰਾਮੈਨ ਜੀ, ਇੱਧਰ ਅੱਗੇ ਅਪਰ ਆ ਜਾਓ ਜਰਾ, ਇੱਧਰ ਇਹ ਜਰਾ ਇੱਕ ਇੱਕ ਕਰਕੇ ਦੱਸੋ ਸਾਰਾ, ਬਿਲਕੁਲ ਜੀ। ਸਮੋਸਾ ਚਾਟ ਵਗੈਰਾ ਵੀ ਤੁਸੀਂ ਕਿੱਥੋਂ ਮਿਲ ਸੀ, ਫਰੈਸ਼ ਸਮੋਸੇ ਬਣਾ ਕੇ ਦੇ ਸਨ, ਫਰੈਸ਼ ਚਾਟ ਮਾਸ਼ਾਅੱਲਾ ਜ਼ਬਰਦਸਤ ਕਿਸਮ ਦੀ। ਉਸ ਤੋਂ ਅੱਗੇ ਇੱਧਰ ਆ ਜਾਓ, ਆਲੂ ਪਾਪੜੀ, ਯਾਨੀ ਕਿ ਮੈਂ ਤੁਸੀਂ ਕਿ ਅੱਗੇ ਦੱਸਿਆ ਸੀ ਇੱਥੇ ਜਨਾਬ ਜਿਸ ਤਰ੍ਹਾਂ ਸਾਂ ਉਹ ਪਾਪੜੀ ਵਗੈਰਾ ਪਰ ਬਾਹ ਕੇ ਜਨਾਬ ਵੀ ਤੁਸੀਂ ਕਿ ਉੱਪਰ ਯੋਗਟ ਵਗੈਰਾ ਬਾਹ ਕੇ ਇਹ ਵੀ ਤਿਆਰ ਕਰਕੇ ਦੇ ਸਨ ਇੱਥੇ ਜਨਾਬ। ਉਸ ਤੋਂ ਅੱਗੇ ਇੱਧਰ ਆ ਜਾਓ, ਚਨਾ ਚਾਟ, ਮਾਸ਼ਾਅੱਲਾ ਜੀ ਤੱਕ ਹੈ, ਵੈਸੇ ਭੁੱਖ ਲੱਗ ਜਾਣੀ, ਕਿਆ ਖਿਆਲ ਹੈ ਕੈਮਰਾਮੈਨ ਜੀ, ਹੈ ਮੂਡ, ਚਲੋ ਠੀਕ ਹੈ, ਹੁਣ ਰੋਟੀ ਖਾ ਕੇ ਆਇਓ ਤੁਸੀਂ ਹੁਣ ਫਿਰ, ਓਹੋ ਕਮਾਨ ਕੈਮਰਾਮੈਨ ਜੀ, ਦੋ ਨਾਲ ਲਾਇਆ ਕਰੋ। ਇੱਧਰ ਅੱਗੇ ਆ ਜਾਓ ਜੀ, ਇੱਧਰ ਬਿਲਕੁਲ ਜਨਾਬ ਇੱਧਰ ਗੋਲ ਗੱਪੇ ਵਗੈਰਾ ਹੈ ਜੀ, ਜਿਸ ਤਰ੍ਹਾਂ ਮੈਂ ਤੁਸੀਂ ਕਿ ਦੱਸਿਆ ਕਿ ਗੋਲ ਗੱਪੇ ਨੇ ਮਸਾਲਾ ਜਿਹੜਾ ਕਿ ਇੱਥੇ ਤਿਆਰ ਕੀਤਾ ਗਿਆ ਜਨਾਬ, ਮਸਾਲਾ ਵਗੈਰਾ ਬਾਹ ਕੇ ਤੁਸੀਂ ਕਿਸ ਨੇ ਭਜਣਾ, ਪਲੇਟ ਬਣਾ ਕੇ ਦੇ ਸਕ, ਬਿਲਕੁਲ ਪਾਣੀ ਪੂਰੀ ਹੈ ਜੀ, ਇਹ ਦੱਸੋ ਜ਼ਰਾ, ਕਲੋਜ਼ ਕਰਕੇ ਦੱਸੋ ਤਾਂ ਕਿ ਤੱਕਣ ਵਾਲੇ ਮੂੰਹ 'ਚ ਪਾਣੀ ਆ ਜਾਏ ਔਰ ਖੁਦ ਬਖੁਦ ਚੱਲ ਕੇ ਆਵਣ ਇੱਥੇ ਆਣ ਕੇ ਇੰਜੋਏ ਕਰਨ, ਠੀਕ ਹੈ ਜੀ। ਉਸ ਤੋਂ ਅੱਗੇ ਇੱਧਰ ਆ ਜਾਓ ਜਨਾਬ, ਤੁਸੀਂ ਕਿ ਜਨਾਬ ਫਲੂਦਾ ਡਰਿੰਕ ਵੀ ਮਿਲ ਸੀ, ਇਹ ਵੀ ਜਨਾਬ ਇਹਨਾਂ ਨਾਲ ਵੈਰੀ ਨਾਈਸ। ਉਸ ਤੋਂ ਅੱਗੇ ਇੱਧਰ ਆ ਜਾਓ, ਸਾਰਾ ਦੱਸੋ ਕੈਮਰਾਮੈਨ ਜੀ, ਸਲੂਣੀਆਂ ਵਗੈਰਾ, ਅਗਰ ਤੁਸੀਂ ਜਨਾਬ ਕੋਈ ਵੀਡੀਓ ਸ਼ੀਡੀਓ ਲਾਈਏ ਜਨਾਬ, ਦੇਸੀ ਲਾਈਫ ਇਨ UK ਚੈਨਲ TV ਪਰ ਲਾਇਆ ਜਨਾਬ, ਇਹ ਦੇਖ ਰਹੇ ਹੋ ਤਾਂ ਨਾਲ ਜਨਾਬ ਤੁਸੀਂ ਸਲੂਣੀਆਂ ਥੋੜ੍ਹੀ ਜਿਹੀ ਪਲੇਟ 'ਚ ਪਾ ਲਓ, ਨਾਲੇ ਵੀ ਇੰਜੋਏ ਕਰੋ ਅਤੇ ਨਾਲ ਜਨਾਬ ਵੀਡੀਓ ਵੀ ਇੰਜੋਏ ਕਰੋ, ਕਿਆ ਖਿਆਲ ਹੈ, ਠੀਕ ਹੋ ਗਿਆ। ਉਸ ਤੋਂ ਬਾਅਦ ਜੀ ਵਾਪਸ ਆ ਜਾਣੇ ਆ, ਉਸ ਤੋਂ ਬਾਅਦ ਜਨਾਬ ਅਸੀਂ ਇੱਧਰ ਆ ਜਾਣੇ ਆ ਵਾਪਸ, ਸਾਹਮਣੇ ਪਾਰਕ, ਕੈਮਰਾਮੈਨ ਜੀ ਕੈਮਰਾ ਮਾਰ ਕੇ ਦੱਸੋ, ਮਾਸ਼ਾਅੱਲਾ ਇਹਨਾਂ ਕੋਲ ਜਨਾਬ ਅਜਵਾ ਖਜੂਰ ਵੀ ਤੁਹਾਨੂੰ ਮਿਲ ਸੀ ਜਨਾਬ, ਇਹ ਸਾਹਮਣੇ ਪਾਰਕ, ਕੈਮਰਾਮੈਨ ਜੀ ਜ਼ੂਮ ਕਰੋ ਜ਼ਰਾ, ਜ਼ੂਮ ਕਰਕੇ ਦੱਸੋ, ਬਿਲਕੁਲ ਜੀ ਅਜਵਾ ਖਜੂਰ ਵੀ ਤੁਹਾਨੂੰ ਮਿਲ ਸੀ। ਔਰ ਉਸ ਤੋਂ ਬਾਅਦ ਜਨਾਬ ਇਹਨਾਂ ਕੋਲ ਜਿਹੜੇ ਡੱਬੇ ਨੇ ਮਾਸ਼ਾਅੱਲਾ ਪੈਕਿੰਗ ਵਾਲੇ ਆ ਜੀ, ਮਿਠਾਈ ਪੈਕ ਕਰਨ ਵਾਲੇ ਡੱਬੇ ਜਿਹੜੇ ਨੇ ਮਾਸ਼ਾਅੱਲਾ, ਬਹੁਤ ਹੀ ਨਾਈਸ ਨੇ ਇਹਨਾਂ ਕੋਲ, ਬੈਗ ਵਗੈਰਾ ਅਗਰ ਤੁਸੀਂ ਕਿਸੇ ਗਿਫਟ ਦੇਣਾ ਚਾਹੁੰਦੇ ਹੋ। ਉਸ ਤੋਂ ਪਿੱਛੇ ਜਨਾਬ ਜਿਹੜੀਆਂ ਟੁਕਰੀਆਂ ਨੇ ਉਹ ਵੀ ਦੱਸੋ, ਆਪਣਾ ਪਲੇਟਾਂ ਵਗੈਰਾ, ਪਲੇਟਾਂ, ਬਿਲਕੁਲ ਜਨਾਬ ਸਾਡੇ ਜਿਹੜੇ ਭਾਈ ਨੇ ਉਹ, ਮੈਂ ਕਿਉਂਕਿ ਮੈਂ ਚਾਹੁੰਦਾ ਸੀ ਕਿ ਉਹ ਖੁਦ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰ ਦੇਣ, ਕਿਉਂਕਿ ਸਾਨੂੰ ਇਹਨਾਂ ਜਿਹੜੀਆਂ ਆਪਣੇ ਪਲੇਟਾਂ ਵਗੈਰਾ ਇਹਨਾਂ ਦੇ ਬਾਰੇ 'ਚ ਇਤਨਾ ਪਤਾ ਨਹੀਂ ਹੈ, ਇਹ ਤੁਹਾਨੂੰ ਖੁਦ ਦੱਸਦੇ ਨੇ ਕਿ ਇਹਨਾਂ ਦਾ ਕੀ ਕਾਰਨਾਮਾ ਜਨਾਬ, ਇਹ ਦੱਸਣਗੇ ਤੁਹਾਨੂੰ ਇਹਨਾਂ ਦਾ ਇਹ ਕਿਸ ਕੰਮ ਵਾਸਤੇ, ਦੱਸੋ ਕੰਮ ਭਾਈ ਜਾਨ। ਅੱਛਾ, ਇਹ ਜੋ ਹੈ ਇਹ ਹਮਾਰੇ ਜੈਸੇ ਵੈਡਿੰਗਸ ਵਗੈਰਾ ਹੋਤੀ ਹੈ ਜਾਂ ਮਹਿੰਦੀ ਕੇ ਫੰਕਸ਼ਨਸ ਹੋਤੇ ਹੈ ਤੋ ਉਨਕੇ ਲੀਏ ਥਾਲ ਵਗੈਰਾ, ਇਹ ਹਮਾਰੇ ਗਿਫਟ ਬੈਗਸ ਹੈ, ਸਹੀ ਹੈ।
ये हमारे पास बॉक्सेस के साइजेस हैं, जो बॉक्स जिसको रिक्वायर्ड होता है वो उसके लिए यानी कि मटेरियल। हाफ के जी से हाँ, लेकर हाफ के जी, 1 kg, 2 kg, टू के ठीक जी है। उसके बाद बास्केट्स हैं, सही थाल्स हैं, ठीक जी, है, ये सब कुछ है। सही है, हाँ, ऊपर हमारे पास टिन के बॉक्सेस होते हैं, ठीक सही है, ये वेडिंग के लिए होते हैं, दिवाली है, ईद, स्पेशल गिफ्ट्स, बेबी सही, बॉय, बेबी गर्ल, तो ये सबके लिए ये वाले हमारे पास गिफ्ट्स वगैरह अवेलेबल माशाल्लाह। है। और अजवा खजूर के बारे में बताएं कि ये इसका वेट कितना है और ये कितने की है। अजवा खजूर जो है ये हमारे पास हाफ के जी इसका ऑलमोस्ट वेट है, जी और ये 6 pound 30 pence के राउंड अबाउट है, ठीक है, ठीक है। और ये डायरेक्ट मतलब जो है वो सऊदीया से आती है, डायरेक्ट और सऊदीया हाँ से, जी, और ये मतलब माशाल्लाह जी माशाल्लाह जनाब, जबरदस्त। उसके बाद ये जो ये डब्बा, इसके बारे में बताएं, ये क्या चीज़ है सामने। ये पतीसा है जी हमारा, जी ठीक है। ये जो है बनता है लंदन में, हमारी एवरीडे फ्रेश डिलीवरी मॉर्निंग में हमारे पास आती है यहाँ पे, सही है जी, ठीक है। तो ये है जी, माशाल्लाह। उसके आगे ये चीज़ जो है, इसके बारे में थोड़ा सा बता दें। ये बकलावा है, जी ठीक है, जी तो सॉरी, बदाना, बनाना, हाँ जी जी बदाना है, ठीक है। और ये भी मतलब हमारी हर डिलीवरी के साथ ये फ्रेश आता फ्रेश है, आता हाँ है, जी, फ्रेश माशाल्लाह। आता है। अच्छा, जो सबसे आपकी फेमस चीज़ है वो कौन सी है। वैसे तो अम्बाला पूरा ही फेमस है, वो तो हाँ सामने नज़र आ रहा है, सब जी, कुछ ही आपका फेमस है, सब कुछ ही अच्छा है, लेकिन एक चीज़ होती है ना जो स्पेशल भी होती है शॉप में, बिल्कुल, हमारा हफ्शी हलवा है, मोतीचूर के वो लड्डू दिखाएं ना हैं, कौन सा है। हाँ कैमरा जी मैन जी, ज़रा हफ्शी हलवा दिखाओ कौन सा है। जी यहाँ पे है, हाँ जी, क्लोज करके दिखाएं ज़रा, माशाल्लाह, थैंक यू। और उसके बाद मैंने सुना है कि आपकी जो रसमलाई है वो बहुत अच्छी है, ये हाँ बात जी सही है। जी बिल्कुल सही है, वो एवरीडे फ्रेश बनती है वो भी, या उसका क्या हिसाब किताब है। हाँ जी, रसमलाई एवरी मॉर्निंग क्योंकि डिलीवरी आती है तो डिलीवरी उसके आती है, साथ फ्रेश आती है, हाँ, उसकी 2-3 दिन की आगे डेट्स होती हैं, सही ठीक है, सही, हाँ जी तो ताकि अगर कोई कस्टमर लेकर जाए हाँ तो जी, वो 1 या 2 दिन अगर उसको ना खाना चाहे तो मतलब रख सकता है, रख हाँ सकता है, जी। सही है। अच्छा, उसके बाद हमें यह बताएं कि ये मिठाई जो आपकी जो नॉर्मल मिक्स मिठाई है जी, वो किलो कितने की है, केजी वाला जो बॉक्स है। केजी हमारी स्टैंडर्ड मिक्स 14 pounds की है, 14 pound हाँ का, जी जो स्पेशल है हाँ जी, स्पेशल वो 14, स्पेशल हाँ वाली जी, है। वो उसमें सब चीज़ें मिक्स होती हैं, अगर आप चूज़ करते हैं इनमें से कुछ चूज़ करते हैं तो वो 50p या 1 pound उसका एक्स्ट्रा या कम हो सकता है, डिपेंड कि आप क्या चीज़ जो है वो ज़्यादा लेते हैं, मतलब ये हाँ कहने का जी। ही, अगर कोई बंदा आ गया उसने बोला कि नहीं मैं खुद अपनी चीज़ें डलवाऊंगा स्पेशल, तो उसके लिए मैं सेम प्राइस, प्राइस उसकी, सेम सेम, प्राइस हाँ जी, होगी। सेम प्राइस चलो जी, होगी, उतना माशाल्लाह ज़्यादा डिफरेंस माशाल्लाह। और उसके बाद वो जो सामने है ये बकलावा है ना, हाँ जी, ये हाँ, बकलावा ये इसका वेट कितना है और ये कितने का किलो है, डब्बा बॉक्स कितने का है। एक ये दो इसके हैं, छोटे वाला जो है उसका तकरीबन 470 grams है वेट, जी और ये 6 pound 90 का है, जी ठीक बड़े है वाला है इसका 916 grams वेट है, और ये 1350 का है, 1350 का, माशाल्लाह। अच्छा, उसके बाद ये जो सामने बॉक्स है इनके बारे में थोड़ा एक्सप्लेन कर दें। बिल्कुल। ये जैसे ये वाले टिन बॉक्स हैं, ये जी उसे थोड़ा छोटा साइज अच्छा, है, जिसको हाँ थोड़ी जी, मिठाई जिसको चाहिए वो थोड़ी छोटे मिठाई बॉक्स चाहिए में, वो छोटे बॉक्स में ले सकते माशाल्लाह हैं, जी, बिल्कुल जनाब। जिस तरह के साढ़े भाई ने इन्होंने सारा कुछ तुहानू एक्सप्लेन कर दिता है, असं इन्हों का शुक्रिया अदा कर रहे हैं कि असी ब्रेड फोर्ड चाहे, इन्होंने सानू बड़ी इज्जत दी जनाब और साढ़े हेल्प कराई, सानू खुद एक्सप्लेन किया। ऐसे तो शॉपा तो जाओ काफ़ी बिजी होंगे ने, कहते नहीं साढ़े को टाइम नहीं है, तुम बना लो वीडियो, लेकिन कुछ भैन भाई होंगे साढ़े जे कहते नहीं जी आओ असं तुम्हें खुद एक्सप्लेन कर देने, क्योंकि सानू तो शॉप के बारे में इतना ज़्यादा पता नहीं होंगे कि असें किस तरह दसीए, इधर की प्राइस की है या जो भी कुछ है, लेकिन चलो असं इन्हों का शुक्रिया अदा कर रहे जनाब, इन्हें साढ़े तावन किया और सानू एक एक चीज़ के बारे में एक्सप्लेन भी कर दिता। थैंक यू वेरी मच भाई जान, तुहाडे प्यार का जजाक अल्लाह, थैंक यू। थैंक यू। बिल्कुल जनाब, जी भाई और दस्या कि इन्हें कोल जी अजवा खजूर है जी, वो बिल्कुल इन्हों का कहना है कि जनाब वो सऊदीया चो स्पैशल आँदी है इतने जनाब डायरैक्ट,
ਠੀਕ ਹੈ ਜੀ। ਔਰ ਉਸਦੀ ਪ੍ਰਾਈਸ ਹੈ 14 ਪਾਉਂਡ ਕਿਤਨੀ ਹੈ ਜੀ? 90 ਪੈਸੇ। ਹਾਂਜੀ 14 ਪਾਉਂਡ 90 ਪੈਸੇ, ਯਾਨੀ ਕਿ 15 ਪਾਉਂਡ ਦਾ ਬੋਕਸ ਹੈ ਉਹ। ਅਤੇ ਬਿਲਕੁਲ ਜਨਾਬ, ਅਗਰ ਤੁਹਾਨੂੰ ਅਜਵਾ ਖਜੂਰ ਚਾਹੀਦੀ ਹੋਵੇ ਬਿਲਕੁਲ ਇਹਨਾਂ ਕੋਲ ਆਓ ਜਨਾਬ, ਅੰਬਾਲਾ ਗ੍ਰੇਟ ਹੋਟਲ ਰੋਡ ਪਰ ਜਨਾਬ, ਇਹਨਾਂ ਨਾਲ ਜ਼ਰੂਰ ਤੁਸੀਂ ਰਾਬਤਾ ਕਰੋ। ਔਰ ਅੱਛੀ ਕਿਸਮ ਦੀ ਮਿਠਾਈ ਚਾਹੀਦੀ ਹੈ ਉਹ ਵੀ ਜਨਾਬ ਤੁਸੀਂ ਇਹਨਾਂ ਨਾਲ ਆ ਕੇ ਜ਼ਰੂਰ ਰਾਬਤਾ ਕਰੋ। ਇਨਸ਼ਾਅੱਲਾ ਇਹ ਜਨਾਬ ਤੁਹਾਨੂੰ ਅੱਛੀ ਤਰ੍ਹਾਂ ਸਰਵ ਕਰਨਗੇ ਔਰ ਤੁਹਾਨੂੰ ਮੁਤਮਿਨ ਕਰਕੇ ਭੇਜਣਗੇ ਇਨਸ਼ਾਅੱਲਾ। ਉਮੀਦ ਪੂਰੀ ਹੈ ਸਾਨੂੰ, ਹਾਂਜੀ, ਜਿਸ ਤਰ੍ਹਾਂ ਇਹਨਾਂ ਨੇ ਸਾਡੇ ਨਾਲ ਤਾਵਨ ਕੀਤਾ ਇਨਸ਼ਾਅੱਲਾ ਸਾਨੂੰ ਉਮੀਦ ਹੈ ਕਿ ਤੁਹਾਡੇ ਨਾਲ ਵੀ ਜ਼ਰੂਰ ਤਾਵਨ ਕਰਨਗੇ। ਅਤੇ ਅਸੀਂ ਫਿਰ ਇੱਕ ਵਾਰੀ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਨਾਬ, ਇਹਨਾਂ ਦੇ ਪਿਆਰ ਦਾ ਬਹੁਤ ਸ਼ੁਕਰੀਆ। ਬਾਕੀ ਜਨਾਬ ਇਨਸ਼ਾਅੱਲਾ ਉਮੀਦ ਹੈ ਕਿ ਤੁਸੀਂ ਜਨਾਬ ਦੇਸੀ ਲਾਈਫ ਇਨ UK ਚੈਨਲ ਤੱਕ ਜ਼ਰੂਰ ਇਹਨਾਂ ਕੋਲ ਆਓਗੇ ਔਰ ਇਹਨਾਂ ਨੂੰ ਦੱਸੋਗੇ ਆ ਕੇ ਜਨਾਬ ਅਸੀਂ ਦੇਸੀ ਲਾਈਫ ਇਨ UK ਚੈਨਲ ਤੱਕ ਕੇ ਆਏ ਹਾਂ, ਜਿਸ ਤਰ੍ਹਾਂ ਸਾਡੇ ਨਾਲ ਖੁਸ਼ ਖੁਸ਼ ਜਨਾਬ ਤਾਵਨ ਕੀਤਾ ਇਹਨਾਂ ਨੇ, ਸਰ ਤੁਹਾਡੇ ਨਾਲ ਇਨਸ਼ਾਅੱਲਾ ਜ਼ਰੂਰ ਕਰਨਗੇ। ਉਸ ਤੋਂ ਬਾਅਦ ਅਸੀਂ ਭਾਈ ਕਮਰਾਨ ਜੀ ਤੁਹਾਡਾ ਸ਼ੁਕਰੀਆ ਅਦਾ ਕਰ ਰਹੇ ਹਾਂ ਜਨਾਬ, ਤੁਸੀਂ ਸਾਨੂੰ ਜਿਹੜਾ ਦੱਸਿਆ ਸੀ ਕਿ ਤੁਸੀਂ ਅੰਬਾਲਾ 'ਤੇ ਜਾਓ ਅਤੇ ਜ਼ਰੂਰ ਉਹਨਾਂ ਦੀ ਵੀਡੀਓ ਬਣਾ ਕੇ ਲਗਾਓ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ। ਬਿਲਕੁਲ ਜਨਾਬ, ਅਸੀਂ ਤੁਹਾਡੇ ਕਹਿਣੇ 'ਤੇ ਅੱਜ ਅਸੀਂ ਆ ਗਏ ਹਾਂ ਔਰ ਭਾਈਆਂ ਨੇ ਸਾਡੇ ਨਾਲ ਜਨਾਬ ਤਾਵਨ ਵੀ ਕੀਤਾ ਇਨਸ਼ਾਅੱਲਾ। ਔਰ ਉਮੀਦ ਹੈ ਕਿ ਇਨਸ਼ਾਅੱਲਾ ਦੇਖਣ ਵਾਲੇ ਜਿੰਨੇ ਵੀ ਹੈ ਉਹ ਸਾਰੇ ਇੱਥੇ ਆਉਣਗੇ ਔਰ ਇਹਨਾਂ ਕੋਲ ਆ ਕੇ ਮਿਠਾਈ ਜ਼ਰੂਰ ਲੈਣਗੇ। ਇਸ ਦੇ ਨਾਲ ਹੀ ਜਨਾਬ ਮੈਂ ਅਤੇ ਕੈਮਰਾ ਮੈਂ ਕਿਉਂ ਇਜਾਜ਼ਤ ਦਿਓ, ਕਿਉਂਕਿ ਕੈਮਰਾਮੈਨ ਹੁਣ ਕਹਿੰਦੇ ਕਿ ਅਸੀਂ ਕੋਈ ਰਸ ਮਲਾਈ ਸ਼ਾਹੀ ਖਾ ਲਈਏ, ਉਹਨਾਂ ਦਾ ਮੂਡ ਬਣਿਆ ਪਿਆ। ਇਹਨਾਂ ਨੂੰ ਇਨਸ਼ਾਅੱਲਾ ਜਨਾਬ ਅਸੀਂ ਰਸ ਮਲਾਈ ਵੀ ਖਿਲਾਂਗੇ ਜ਼ਰੂਰ, ਕਿਉਂ ਨਹੀਂ ਖਿਲਾਂਗੇ। ਠੀਕ ਹੈ ਕੈਮਰਾਮੈਨ ਜੀ, ਫੀ ਅਮਾਨਿਲ ਜੀ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਰਹਿਮਤੁਲਾਹ ਵਬਰਕਾਤ। ਉਮੀਦ ਕਰਨਾ ਪੈਣ ਪਰ ਸਾਰੇ ਠੀਕ ਠਾਕ ਹੋ, ਸੋਲਾ ਪਾਸੇ ਖੁਸ਼ ਰੱਖਣ, ਸ਼ਾਦ ਰਹੋ, ਆਬਾਦ ਰਹੋ, ਹਸਣੇ ਵਸਣੇ ਰਹੋ ਅਤੇ ਰਸ ਮਲਾਈਆਂ ਖਾਣੇ ਰਹੋ। ਜਿਸ ਤਰ੍ਹਾਂ ਕੈਮਰਾਮੈਨ ਹੁਣ ਖੁਸ਼ ਹੋਇਆ ਜਨਾਬ, ਆਣੇ ਜੀ ਮੈਂ ਰਸ ਮਲਾਈ ਖੋਲੋ ਫਟਾਫਟ ਖਾਸਾ ਮੈਂ ਅੱਜ ਬਿਲਕੁਲ ਸੇ ਖਲਾਸਾਂ, ਕਿਉਂਕਿ ਇਹਨਾਂ ਕਿ ਜਨਾਬ ਭਾਈ ਕਮਰਾਨ ਸਾਡੇ ਜਨਾਬ ਉਹਨਾਂ ਦੱਸਿਆ ਸੀ ਆਪਣੇ ਕਨੈਕਸ਼ਨ ਮੋਬਾਈਲ ਫੋਨ ਸ਼ਾਪ ਬ੍ਰੈਡਫੋਰਡ ਰੋਡ ਸਵੀਲਾ ਦੇ ਭਾਈ ਕਮਰਾਨ ਸਾਡੇ, ਉਹਨਾਂ ਦੱਸਿਆ ਸੀ ਕੈਮਰਾਮੈਨ ਕਿ ਜਨਾਬ ਅੰਬਾਲਾ 'ਚ ਜ਼ਰੂਰ ਜਾਏਗਾ ਰਸ ਮਲਾਈ ਟਰਾਈ ਕਰੇ। ਇਹਨਾਂ ਵੀ ਆਖਿਆ ਜੀ ਮੈਂ ਰਸ ਮਲਾਈ ਖਾਣੀ ਹੈ ਜਨਾਬ ਅਤੇ ਜਦੋਂ ਅੰਬਾਲਾ 'ਚ, ਮੈਂ ਚਾਹੁੰਦਾ ਸੀ ਖਲਾਸਾ ਰਸ ਮਲਾਈ ਕਿਉਂ ਨਹੀਂ। ਬਿਲਕੁਲ ਜੀ, ਅਸੀਂ ਅੰਬਾਲਾ ਦੀ ਵੀਡੀਓ ਬਣਾਈ ਹੈ, ਉਮੀਦ ਹੈ ਤੁਸੀਂ ਤੱਕੀ ਹੋ ਸੀ। ਹੁਣ ਅਸਾਂ ਜਨਾਬ ਇਹਨਾਂ ਨੇ ਜਿਹੜੀ ਰਸ ਮਲਾਈ ਹੈ ਇਸਨੇ ਬਾਰੇ 'ਚ ਅਸਾਂ ਹੁਣ ਤੁਸੀਂ ਦੱਸਣੇ ਆ, ਰਿਵਿਊ ਦੇਣੇ ਆ ਵੀ ਜਨਾਬ ਰਸ ਮਲਾਈ ਵਾਕਈ ਇਹ ਗੱਲ ਸਹੀ ਸੀ ਆ ਭਾਈ ਕਮਰਾਨ ਔਰ ਕਹਿ ਉਸ ਵਾਲੇ ਨੇ ਕਿ ਐਵੇਂ ਕੈਮਰਾਮੈਨ ਕੀ ਆ ਗਿਆ ਵੀ ਜਾਓ, ਨਹੀਂ ਨਹੀਂ ਮਜ਼ਾਕ ਕਰ ਰਹੇ ਜੀ, ਉਹਨਾਂ ਦੀ ਗੱਲ ਜਨਾਬ 100% ਹੋਣੀ ਆ। ਉਹ ਐਵੇਂ ਨਹੀਂ ਗੱਲ ਕਰਦੇ ਭਾਈ ਕਮਰਾਨ, ਖਾ ਪੀ ਕੇ ਚੀਜ਼ ਟੇਸਟ ਕਰਕੇ ਫਿਰ ਦੱਸ ਰਹੇ ਸੀ ਫਲਾਣੀ ਚੀਜ਼ ਜਨਾਬ ਬੜੀ ਨਾਇਸ, ਉੱਥੇ ਜਾਓ। ਬਿਲਕੁਲ ਜੀ, ਹੁਣ ਅਸੀਂ ਰਸ ਮਲਾਈ ਖੋਲਦੇ ਹਾਂ ਇਨਸ਼ਾਅੱਲਾ, ਬਿਸਮਿਲ੍ਲਾ ਰਹਿਮਾਨ ਰਹੀਮ, ਤੇ ਟਰਾਈ ਕਰਦੇ ਹਾਂ ਜੀ। ਮਾਸ਼ਾਅੱਲਾ ਤੇ ਕਾਫੀ ਭਰੇ ਆ ਡੱਬਾ ਜਨਾਬ, ਮਾਸ਼ਾਅੱਲਾ ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਿਸਮਿਲ੍ਲਾ ਰਹਿਮਾਨ ਰਹੀਮ, ਬਿਲਕੁਲ ਜੀ ਵਾਕਿਆ ਜੀ ਅੰਬਾਲਾ ਦੀ ਰਸ ਮਲਾਈ ਨੀ, ਕਿਆ ਬਾਤ ਹੈ ਜਨਾਬ, ਮੈਂ ਤੱਕ ਸਕਦੇ ਹਾਂ ਜੀ। ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਬਿਲਕੁਲ ਜਨਾਬ ਰਸ ਮਲਾਈ ਜਿਹੜੀ ਹੈ ਜਨਾਬ ਉਹ ਅਸੀਂ ਖੋਲ ਲੈਂਦਾ ਡੱਬਾ, ਹੁਣ ਜਨਾਬ ਅਸੀਂ ਇਸ ਟਰਾਈ ਕਰਕੇ ਦੱਸਾਂ ਤੁਸੀਂ ਕਿ ਜ਼ਰੂਰ। ਬਿਲਕੁਲ ਜੀ ਲੱਗਣੀ ਤਾਂ ਵੈਰੀ ਨਾਇਸ ਹੈ, ਤੱਕੋ ਜਨਾਬ ਇਸ ਦੁੱਧ ਨਹੀਂ ਜਨਾਬ ਹੈ ਆਪਣਾ ਦੁੱਧ ਵੀ ਮਾਸ਼ਾਅੱਲਾ ਕਾਫੀ ਜਨਾਬ ਇਹਨਾਂ ਕਾੜਿਆ, ਸਹੀ ਰਸ ਮਲਾਈ ਪ੍ਰੋਪਰ ਬਣਾਈ ਹੈ ਜੀ। ਬਿਸਮਿਲ੍ਲਾ ਰਹਿਮਾਨ ਰਹੀਮ, ਬਿਲਕੁਲ ਜੀ ਕੈਮਰਾਮੈਨ ਤੁਸੀਂ ਟਰਾਈ ਕਰ ਸੋ ਜਾਂ ਮੈਂ ਟਰਾਈ ਕਰਾਂ, ਮੈਂ ਤਾਂ ਤੁਸੀਂ ਰਿਵਿਊ ਦਿਓ ਆਰਾ 'ਚ ਕਿਆ ਹੈ ਨਹੀਂ। ਚਲੋ ਚਲੋ ਮੈਂ ਦੇ ਦੇਣਾ ਜੀ, ਕੋਈ ਗੱਲ ਨਹੀਂ ਜਨਾਬ, ਕੋਈ ਗੱਲ ਨਹੀਂ, ਮੈਂ ਇੱਥੇ ਹੀ ਜਾਣਾ। ਬਿਸਮਿਲ੍ਲਾ ਰਹਿਮਾਨ ਰਹੀਮ, ਬਿਲਕੁਲ ਭਾਈ ਕਮਰਾਨ ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਇਹ ਜਨਾਬ ਤੁਸੀਂ ਨਾ ਨਾ ਪਹਿਲਾ ਨਵਾਲਾ ਜਨਾਬ ਹੈ, ਹੁਣ ਟਰਾਈ ਕਰਨੇ ਹਾਂ ਇਨਸ਼ਾਅੱਲਾ, ਦੱਸਣੇ ਫਿਰ ਰਸ ਮਲਾਈ ਕਿਸ ਤਰ੍ਹਾਂ। ਠੀਕ ਹੈ ਜੀ, ਬਿਸਮਿਲ੍ਲਾ ਰਹਿਮਾਨ ਰਹੀਮ, ਵਾਕਿਆ ਜਨਾਬ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਜਨਾਬ ਭਾਈ, ਜ਼ਬਰਦਸਤ ਕਿਸਮ ਦੀ ਰਸ ਮਲਾਈ ਹੈ ਜੀ, ਕਿਆ ਬਾਤ ਹੈ ਅੰਬਾਲਾ ਵਾਲਿਆਂ ਨੇ। ਮਾਸ਼ਾਅੱਲਾ ਸ਼ੁਕਰ ਅਲਹਮਦੁਲਿਲਾ ਰੱਬਿਲ ਆਲਮੀਨ।
ਭਾਈ ਕਮਰਾਨ ਜੀ, ਵਾਕਿਆ ਰਸ ਮਲਾਈ ਜਨਾਬ ਵੈਰੀ ਨਾਈਸ ਹੈ ਬਿਲਕੁਲ ਜੀ। ਅਸੀਂ ਜਿਹੜੇ ਸਾਡੇ ਭਾਈ ਅੰਬਾਲਾ ਨੇ ਉਹਨਾਂ ਨੂੰ ਸ਼ੁਕਰੀਆ ਅਦਾ ਕਰ ਰਹੇ ਜਨਾਬ, ਉਹਨਾਂ ਸਿੱਖ ਰਸ ਮਲਾਈ ਦਿੱਤੀ ਹੋਈ ਜੀ। ਟੇਸਟ ਕਰਕੇ ਦੱਸੋ ਭੈਣਾਂ ਭਰਾਵਾਂ ਕਿਸ ਤਰ੍ਹਾਂ ਦੀ ਹੈ। ਤੁਸਾਂ ਵੀ ਜਨਾਬ ਸ਼ੁਕਰੀਆ ਭਾਈ ਜਿਹੜੇ ਉੱਥੇ ਅੰਦਰ, ਸੋ ਜਨਾਬ ਤੁਸਾਂ ਦੀ ਮਿਹਰਬਾਨੀ ਨਾ, ਮੈਂ ਨਹੀਂ ਪੁੱਛ ਸਕਿਆ ਉਹਨਾਂ ਕੋਲੋਂ ਕਿਉਂਕਿ ਅਸੀਂ ਵੀਡੀਓ ਬਣਾ ਰਹੇ ਸਾਂ, ਉਹਨਾਂ ਨਾਲ ਗੱਲਬਾਤ ਹੋਣੀ ਸੀ, ਅਸੀਂ ਵੀਡੀਓ 'ਚ ਨਾ ਕਰਨ ਲੱਗੇ, ਲੇਕਿਨ ਇੱਕ ਭਾਈ ਆਏ ਸਨ, ਉਹਨਾਂ ਕੋਲ ਦੋ ਚਾਰ ਗੱਲਾਂ ਕੀਤੀਆਂ ਸਾਡੇ ਨਾਲ ਤਾਂ, ਬਾਕੀ ਨਹੀਂ ਸਨ ਕੀਤੀਆਂ। ਬਹਰਹਾਲ ਤੁਸਾਂ ਨੇ ਸ਼ੁਕਰੀਆ ਅਦਾ ਕਰਨੇ ਅੰਬਾਲਾ ਦੇ, ਤੁਸਾਂ ਨੂੰ ਵੀ ਜਨਾਬ ਸ਼ੁਕਰੀਆ ਅਦਾ, ਭਾਈ ਕਮਰਾਨ ਜੀ ਤੁਸਾਂ ਨੂੰ ਵੀ ਸ਼ੁਕਰੀਆ ਅਦਾ ਕਰ ਰਹੇ ਹਾਂ, ਕੈਮਰਾ ਮੈਨ ਜੀ ਤੁਸਾਂ ਨੂੰ ਵੀ ਸ਼ੁਕਰੀਆ ਅਦਾ ਕਰਨੇ, ਤੁਸੀਂ ਸਾਡੀ ਵੀਡੀਓ ਬਣਾਉਣੇ ਆਏ ਜੀ। ਬਿਲਕੁਲ ਜੀ, ਮੈਂ ਤੁਸੀਂ ਕਹਿ ਸਕਾਂ ਕਿ ਜ਼ਰੂਰ ਜਨਾਬ ਤੁਸਾਂ ਵੀ ਜਾਓ ਅੰਬਾਲਾ ਸਵੀਟ ਹਾਊਸ, ਸਵੀਟ ਹਾਊਸ ਹੀ ਅੰਬਾਲਾ ਸਵੀਟ, ਚਲੋ ਅੰਬਾਲਾ ਸਵੀਟ ਜਨਾਬ, ਇਹ ਗ੍ਰੇਟ ਹੋਟਲ ਰੋਡ ਜਿੱਥੇ ਮੁਮਤਾਜ਼ ਹੈ ਜਨਾਬ, ਬਿਲਕੁਲ ਉੱਥੇ ਟੋਪ ਉੱਪਰ ਲੱਗੇ ਜਾਓ ਤੁਸਾਂ, ਨੈਕਸਟ ਟੂ ਪਰਾਠਾ, ਪਰਾਠਾ ਹਾਊਸ ਇਸ ਬਾਅਦ ਪਰਾਠਾ ਬਾਕਸ ਨੈਕਸਟ ਟੂ ਪਰਾਠਾ ਬਾਕਸ ਜਨਾਬ, ਜ਼ਰੂਰ ਤੁਸੀਂ ਵੀ ਉੱਥੇ ਜਾਓ, ਇਹਨਾਂ ਦੀ ਰਸ ਮਲਾਈ ਜ਼ਰੂਰ ਟਰਾਈ ਕਰਿਆ। ਮਿਠਾਈ ਵੀ ਨਾਈਸ ਹੈ ਉਹਨਾਂ ਦੀ, ਲੇਕਿਨ ਰਸ ਮਲਾਈ ਨਹੀਂ, ਆਪਣਾ ਹੀ ਚਸਕਾ ਜਿਹੜਾ ਮਜ਼ਾ ਜਨਾਬ ਆਪਣਾ ਹੀ ਹੈ। ਉਹਨਾਂ ਉਸ ਤੋਂ ਬਾਅਦ ਉਹਨਾਂ ਆਖਿਆ ਸੀ ਮੈਂ ਉਹਨਾਂ ਕੋਲ ਪੁੱਛਿਆ ਸੀ ਵੀ ਜਿਹੜੀ ਸਭ ਤੋਂ ਅੱਛੀ ਚੀਜ਼ ਹੈ ਤੁਸੀਂ ਉਹ ਕਿਹੜੀ, ਉਹਨਾਂ ਸੀ ਅਫਸ਼ੀਆ ਹਲਵਾ ਸਾਡੇ ਕੋਲ ਸਭ ਤੋਂ ਅੱਛਾ, ਤਾਂ ਇਨਸ਼ਾਅੱਲਾ ਅਸੀਂ ਨੈਕਸਟ ਟਾਈਮ ਜਦੋਂ ਗਏ ਹੋ ਉਹ ਜ਼ਰੂਰ ਟਰਾਈ ਕਰਸਾਂ, ਉਹ ਵੀ ਤੁਸੀਂ ਟਰਾਈ ਕਰਕੇ ਦੱਸਾਂ ਇਨਸ਼ਾਅੱਲਾ। ਲੇਕਿਨ ਫਿਲਹਾਲ ਤੁਸੀਂ ਕਿ ਮੈਂ ਇਹ ਆਖਾਂ ਕਿ ਰਸ ਮਲਾਈ ਜਿਹੜੀ ਹੈ ਜਨਾਬ ਬਹੁਤ ਹੀ ਨਾਈਸ ਹੈ, ਜ਼ਰੂਰ ਤੁਸੀਂ ਜਾਇਆ ਟਰਾਈ ਕਰਿਆ। ਅਬਦੁਲ ਰਹਿਮਾਨ ਜੇ ਰਸ ਮਲਾਈ ਖਾਣੀ ਹੈ ਤਾਂ ਬਿਲਕੁਲ ਅੱਬੇ ਕਿ ਆਹੀ ਮੈਂ ਲੈ ਜਲੋ ਮੈਂ ਜਨਾਬ ਅੰਬਾਲਾ, ਠੀਕ ਹੈ ਨਾ। ਜ਼ੈਨ ਤੂੰ ਵੀ ਜਾਈ, ਡੈਡ ਆਵਾ ਨਾ ਵਾਪਸ ਪਾਕਿਸਤਾਨ ਨੂੰ, ਆਹੀ ਡੈਡ ਆਓ ਜੁਲੀਏ ਅੰਬਾਲਾ ਰਸ ਮਲਾਈ ਖਾਣੀ ਹੈ, ਠੀਕ ਹੈ ਨਾ। ਉਮੀਦ ਹੈ ਤੁਸੀਂ ਸਾਰੇ ਇੰਜੋਏ ਕਰਸੋ ਰਸ ਮਲਾਈ, ਠੀਕ ਹੈ ਜੀ। ਜਿੱਥੇ ਵੀ ਭੈਣਾਂ ਭਰਾ ਸਾਡੀ ਵੀਡੀਓ ਤੱਕਣੇ ਹੋ ਪਏ ਜਨਾਬ, ਆਓ ਤੁਸੀਂ ਵੀ ਸਾਰੇ ਟੈਸਟ ਕਰੋ। ਮੈਂ ਤੁਸੀਂ ਕੀ ਆਖ ਸਾਂ ਵੀ ਜ਼ਰੂਰ ਜਾਏ, ਇਹ ਨਹੀਂ ਟੈਸਟ ਕਰੋ, ਇਹ ਟੈਸਟ ਕਰੋ, ਠੀਕ ਹੈ ਜੀ। ਕਿਉਂਕਿ ਆਲਰੇਡੀ ਮੈਂ ਹਿੰਦੀ ਸੀ, ਬਿਲਕੁਲ ਜੀ। ਮੈਂ ਸਾਰੇ ਭੈਣਾਂ ਭਰਾ ਕੇ ਆਸਾਂ ਜ਼ਰੂਰ ਜਾਇਆ ਇੱਥੇ ਅੰਬਾਲਾ ਲਈ, ਮਿਠਾਈ ਜ਼ਰੂਰ ਜਨਾਬ ਰਸ ਮਲਾਈ ਜ਼ਰੂਰ ਟਰਾਈ ਕਰਿਆ। ਔਰ ਉਹਨਾਂ ਕੀ ਦੱਸਿਆ ਕਿ ਦੇਸੀ ਲਾਈਫ ਇਨ ਯੂਕੇ ਚੈਨਲ ਵਾਲੇ ਤੁਸੀਂ ਕੋਲ ਆਏ ਸਨ ਜਨਾਬ, ਉਹਨਾਂ ਵੀਡੀਓ ਬਣਾਈ ਸੀ ਤੁਸੀਂ ਨੀ, ਅਸਾਂ ਵੀਡੀਓ ਤੱਕੀ ਹੈ ਜਨਾਬ, ਅਸਾਂ ਕਿ ਰਸ ਮਲਾਈ ਬੜੀ ਨਾਈਸ ਲੱਗੀ ਸੀ, ਅਸਾਂ ਆਏ ਹਾਂ ਤੁਸੀਂ ਕੋਲ। ਔਰ ਇਨਸ਼ਾਅੱਲਾ ਉਹ ਤੁਸੀਂ ਨਾਲ ਜ਼ਰੂਰ ਤਾਵਨ ਵੀ ਕਰ ਸਨ, ਵੈਸੇ ਵੀ ਬਹੁਤ ਅੱਛੇ ਬੰਦੇ ਨੇ, ਬਹੁਤ ਅੱਛੇ ਹਲਾਕ ਨੇ ਮਾਲਕ ਨਾਲ, ਅਸੀਂ ਗਏ ਸਨ ਉਹਨਾਂ ਨਾਲ, ਅਸਲਾਮ ਅਲੈਕਮ ਵੀ ਹੋਈ ਸੀ, ਤਾਂ ਤੁਸੀਂ ਵੀ ਜ਼ਰੂਰ ਜਾਏ, ਹੋਰ ਵੀ ਬਹੁਤ ਕੁਝ ਆ ਉਹਨਾਂ ਕੋਲ ਜਨਾਬ, ਖਾਇਆ ਪੀਆ। ਬਿਲਕੁਲ ਜੀ, ਅਸੀਂ ਭਾਈ ਕਮਰਾਨ ਜੀ ਤੁਸਾਂ ਇਹ ਵੀ ਸ਼ੁਕਰੀਆ ਅਦਾ ਕਰ ਸਾਂ ਜਨਾਬ, ਇੱਕ ਕੈਮਰਾਮੈਨ ਆਏ ਸਨ ਤੁਸਾਂ ਕੋਲ, ਇਹਨਾਂ ਜਨਾਬ ਹੈ ਫੋਨ ਢਹਿ ਪਿਆ ਸੀ ਤਾਂ ਇਸਨੇ ਸਕਰੀਨ ਪ੍ਰੋਟੈਕਟਰ ਕਰੈਕ ਹੋ ਗਿਆ ਸੀ, ਤਾਂ ਮੈਂ ਇਹਨੇ ਕਿਹਾ ਵੀ ਇਹ ਲਓ ਪੈਸੇ ਤਾਂ ਜਾਓ ਉੱਥੋਂ ਜਾ ਕੇ ਲਵਾ ਜਾਓ। ਹੁਣੀ ਆਣੇ ਮੈਂ ਗਿਆ ਉੱਥੇ ਤਾਂ ਅੰਕਲ ਕਮਰਾਨ ਸਨ ਉੱਥੇ, ਤਾਂ ਉਹਨਾਂ ਜਨਾਬ ਆਖਿਆ ਜੀ ਇਹ ਲਓ ਪ੍ਰੋਟੈਕਟਰ ਲਾਓ ਆਪੂ, ਤੁਸਾਂ ਕੈਮਰਾਮੈਨ ਆਪੂ ਲਾਇਆ ਸੀ, ਨਿਆਣੇ ਤੁਸਾਂ ਆਪੂ ਲਾਓ ਤਾਂ ਠੀਕ ਹੈ, ਜਾਓ ਇੰਜੋਏ ਕਰੋ। ਭਾਈ ਕਮਰਾਨ ਜੀ ਤੁਸੀਂ ਕੋਲ ਪੈਸੇ ਇੰਜਾ ਕਰੋ, ਜਿਸ ਵੇਲੇ ਕੈਮਰਾਮੈਨ ਆਵੇ ਤਾਂ ਕੋਲ ਡਬਲ ਚਾਰਜ ਕਰਿਆ ਕਰੋ ਪਲੀਜ਼, ਠੀਕ ਹੈ ਜੀ। ਬਹਰਹਾਲ ਤੁਸਾਂ ਮੈਂ ਸ਼ੁਕਰੀਆ ਅਦਾ ਕਰਨੇ ਆ, ਇਹ ਤੁਸੀਂ ਜਿਹੜੀ ਮਹੱਤਵ ਜਨਾਬ ਅਸੀਂ ਕਿ ਫਿਰ ਛਿੱਕ ਛਿੱਕਾ ਲੈ ਆਉਣੀ ਜਨਾਬ ਉੱਥੇ, ਤਾਂ ਬਹੁਤ ਸਾਰਾ ਤੁਸੀਂ ਕੀ ਪਿਆਰ ਦੇਣੇ ਹੋ ਭਾਈ ਕਮਰਾਨ ਅਤੇ ਭਾਈ ਨਦੀਮ ਜੀ, ਅਸੀਂ ਫਿਰ ਤੁਸਾਂ ਇੱਕ ਵਾਰੀ ਸ਼ੁਕਰੀਆ ਅਦਾ ਕਰਨੇ ਆ। ਅਜਿਹਾ ਤੁਸੀਂ ਕੈਮਰਾਮੈਨ ਕੀ ਪ੍ਰੋਟੈਕਟਰ ਸਕਰੀਨ ਪ੍ਰੋਟੈਕਟਰ ਲਾ ਦਿੱਤਾ ਜਨਾਬ, ਚਲੋ ਉਹਨਾਂ ਦਿੱਤਾ ਨਾ, ਯਾਨੀ ਕਿ ਯਾਨੀ ਉਹਨਾਂ ਦਿੱਤਾ ਤੁਸੀਂ ਕੀ, ਇਸ ਤਰ੍ਹਾਂ ਵੀ ਜਨਾਬ ਅਸੀਂ ਤੁਸੀਂ ਕੀ ਸ਼ੁਕਰੀਆ ਅਦਾ ਕਰਨੇ ਜਨਾਬ ਇੱਕ ਵਾਰੀ ਫਿਰ, ਠੀਕ ਹੈ ਜੀ, ਬੜੀ ਮਿਹਰਬਾਨੀ, ਅੱਲਾ ਹਾਫਿਜ਼। ਬਿਲਕੁਲ ਜਨਾਬ, ਸਾਰੇ ਕਿ ਮੈਂ ਆਖਸਾਂ ਵਿੱਚ ਜਾਇਆ ਜ਼ਰੂਰ ਖਾਇਆ ਉਹਨਾਂ ਕੋਲ ਰਸ ਮਲਾਈ, ਹੋਰ ਵੀ ਕਾਫੀ ਚੀਜ਼ਾਂ ਉਹਨਾਂ ਕੋਲ ਖਾਣੇ ਰਹੀਆਂ, ਠੀਕ ਹੈ ਜੀ। ਇਸਦੇ ਨਾਲ ਤਾਂ ਹੁਣ ਇਸ ਨਾਲ ਹੀ ਹੁਣ ਮੀਂਹ ਤਾਂ ਕੈਮਰਾਮੈਨ ਕਿਉਂ ਇਜਾਜ਼ਤ ਦਿਓ, ਕੈਮਰਾਮੈਨ ਆਣ ਜੇ ਮਿਠਾਈ ਅਸਾਂ ਕਿ ਦਿਓ ਰਸ ਮਲਾਈ ਅਸਾਂ ਵੀ ਖਾਈਏ। ਬਿਲਕੁਲ ਜੀ, ਇਨਸ਼ਾਅੱਲਾ ਅਗਲੀ ਵੀਡੀਓ 'ਚ ਫਿਰ ਤੁਸੀਂ ਨਾਲ ਮੁਲਾਕਾਤ ਹੋ ਸੀ ਇੱਕ ਵਾਰੀ ਫਿਰ। ਭਾਈ ਕਮਰਾਨ ਜੀ ਥੈਂਕ ਯੂ ਵੈਰੀ ਮੱਚ, ਭਾਈ ਨਦੀਮ ਜੀ ਤੁਸਾਂ ਨੂੰ ਵੀ ਸ਼ੁਕਰੀਆ ਜਨਾਬ, ਤੁਸਾਂ ਵੀ ਪਿਆਰ ਮੁਹੱਬਤਾਂ ਦਾ ਸ਼ੁਕਰੀਆ। ਇਨਸ਼ਾਅੱਲਾ ਮੁਲਾਕਾਤ ਤੁਸਾਂ ਨਾਲ ਜਲਦੀ ਹੋ ਸੀ ਕਿਧਰ, ਇਨਸ਼ਾਅੱਲਾ ਖੈਰ ਹੋਣੀ ਚਾਹੀਦੀ ਹੈ। ਤਾਂ ਬਿਲਕੁਲ ਜਨਾਬ, ਹੁਣ ਕੈਮਰਾਮੈਨ ਕਿਤੇ ਮੈਂ ਇਜਾਜ਼ਤ ਦਿਓ, ਫੀ ਮਾਨ ਲਿਲਾ।